ਨਮਸਕਾਰ, ਮੈਂ ਹਾਂ ਤੁਹਾਡਾ ਆਪਣਾ ਦੀਪਕ ਅਤੇ ਪੇਸ਼ ਹੈ ਸਭ ਤੋਂ ਵੱਡੀ ਖਬਰ ਲੈ ਕੇ। ਜੀ ਹਾਂ, ਗੁਰਦਾਸਪੁਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਹੈਲਪਲਾਈਨ ਨੰਬਰਾਂ ਤੋਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਪੂਰੇ ਦੇਸ਼ ਵਿੱਚ ਲਾਕਡਾਊਨ ਕੀਤਾ ਹੋਇਆ ਹੈ। ਉੱਥੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ, ਲੋਕਾਂ ਨੂੰ ਦਵਾਈਆਂ ਅਤੇ ਖਾਣ ਪੀਣ ਦਾ ਸਾਰਾ ਸਮਾਨ ਹੋਮ ਡਿਲੀਵਰੀ ਦੁਆਰਾ ਦਿੱਤਾ ਜਾਏਗਾ, ਜਿਸ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਪਰੰਤੂ ਉੱਥੇ ਹੀ ਕੁਝ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ ਉਹ ਨੰਬਰ ਕੋਈ ਉਠਾ ਨਹੀਂ ਰਿਹਾ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਸ਼ਹਿਰ ਵਿੱਚ ਲੋਕਾਂ ਨੂੰ ਦਵਾਈ ਵੀ ਨਹੀਂ ਮਿਲ ਰਹੀ, ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਡੀਕਲ ਸਟੋਰਾਂ 'ਤੇ ਨੰਬਰ ਜਾਰੀ ਕੀਤੇ ਗਏ ਹਨ। ਪਰੰਤੂ ਦੇਖਣ ਵਿੱਚ ਆਇਆ ਹੈ ਕਿ ਜ਼ਿਆਦਾਤਰ ਮੈਡੀਕਲ ਸਟੋਰਾਂ ਵਾਲੇ ਇਸ ਸੇਵਾ ਨੂੰ ਚੰਗੀ ਤਰ੍ਹਾਂ ਨਹੀਂ ਨਿਭਾ ਰਹੇ, ਜ਼ਿਆਦਾਤਰ ਸਟੋਰਾਂ ਵਾਲਿਆਂ ਦੇ ਨੰਬਰ ਬੰਦ ਆ ਰਹੇ ਹਨ। ਉੱਥੇ ਹੀ ਜੇ ਗੱਲ ਕਰੀਏ ਦੁੱਧ ਵਾਲਿਆਂ ਦੀ, ਤਾਂ ਦੁੱਧ ਵਾਲੀ ਸਪਲਾਈ ਕਰ ਰਹਿਆਂ ਵਾਲੇ ਵੀ ਦੁੱਧ ਸਹੀ ਤਰ੍ਹਾਂ ਨਹੀਂ ਪਹੁੰਚਾ ਪਾ ਰਹੇ, ਜਿਸ ਕਾਰਨ ਕਾਫੀ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਇਸ ਸੰਬੰਧੀ ਜਦ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਜ਼ਿਆਦਾਤਰ ਸੁਵਿਧਾ ਦਿੱਤੀ ਜਾ ਰਹੀ ਹੈ, ਲੇਕਿਨ ਕੁਛ ਲੋਕ ਜੋ ਇਸ ਸੁਵਿਧਾ ਵਿੱਚ ਲੱਗੇ ਹੋਏ ਹਨ ਉਹਨਾਂ ਕਰਕੇ ਸਾਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਸਰਕਾਰ ਲੋਕਾਂ ਨੂੰ ਘਰ ਘਰ ਜਾ ਕੇ ਜੋ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਵਾਉਣਾ ਚਾਹੁੰਦੀ ਹੈ, ਲੇਕਿਨ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਉਹੀ ਲੋਕਾਂ ਤੱਕ ਚੀਜ਼ਾਂ ਨਹੀਂ ਪ੍ਰੋਵਾਈਡ ਕਰਵਾ ਰਹੇ, ਡਿਲੀਵਰੀ ਨਹੀਂ ਸਹੀ ਤਰ੍ਹਾਂ ਦਿੱਤੀ ਜਾ ਰਹੀ। ਦੇਖੋ ਇਨਸਾਫ ਟੀਵੀ 'ਤੇ ਪੂਰੀ ਖਬਰ। ਸਰ, ਗੱਲ ਇਹ ਹੈ ਕਿ ਜਿਹੜਾ ਸਰਕਾਰ ਨੇ ਮੈਡੀਕਲ ਸਟੋਰਾਂ ਨੂੰ ਪਾਇਆ, ਮੈਡੀਕਲ ਸਟੋਰ ਵਾਲੇ ਤਾਂ ਪਹੁੰਚਦੇ ਹੀ ਨਹੀਂ ਹੈਗੇ, ਬਾਕੀ ਮੈਡੀਕਲ ਸਟੋਰ ਦੇ ਉੱਤੇ ਦਵਾਈ ਹੈ ਜਿਹੜੀ ਉਹ ਇਹ ਲੈ ਸਕਦੇ, ਲੋਕ ਵੀ ਬਾਅਦ ਬਾਅਦ ਸਿਰ ਪੀੜਾ ਲਈ ਲੈ ਲੈਣਗੇ। ਪ੍ਰੋਪਰ ਜਿਹੜੇ ਲੋਕਲ ਡਾਕਟਰ ਹੈ ਨਾ, ਉਹਨਾਂ ਨੂੰ ਥੋੜ੍ਹੀ ਛੂਟ ਦੇਣੀ ਚਾਹੀਦੀ ਹੈ, ਕਿਉਂਕਿ ਲੋਕ ਬੜੇ ਪਰੇਸ਼ਾਨ ਨੇ। ਉਹ ਡਾਕਟਰ ਕੋਲੋਂ ਮੈਡੀਕਲ ਸਟੋਰ ਵਾਲੇ ਅੱਧੇ ਨੂੰ ਪਤਾ ਹੀ ਨਹੀਂ ਪਏ ਕਾਹਦੀ ਦਵਾਈ ਹੈ ਅਤੇ ਕਾਹਦੀ ਨਹੀਂ ਦਵਾਈ। ਜਿਹੜੀ ਦਵਾਈ ਹੈ ਉਹ ਪ੍ਰੋਪਰ ਜਿਹੜੇ ਡਾਕਟਰ ਆ, ਭਾਵੇਂ BMS ਵਾਲੇ ਜਾਂ MBBS ਆ, ਉਹਨਾਂ ਕੋਲ ਲਿਖ ਕੇ ਲੈਣੀ ਚਾਹੀਦੀ। ਨਹੀਂ, ਸਿਲੰਡਰ ਵੀ ਨਹੀਂ ਮਿਲਣ ਦੇ, ਬੜਾ ਔਖਾ ਕੰਮ ਹੈ, ਸਿਲੰਡਰ ਵੀ ਨਹੀਂ ਮਿਲਣ ਦੇ। ਉੱਥੇ ਲੈਣ ਦੇ ਕਾਰਨ ਹੀ ਜ਼ਰਾ ਲੋਕ ਬਹੁਤ ਜ਼ਿਆਦਾ ਦੁਖੀ ਨੇ। ਬਾਕੀ ਸਰਕਾਰ ਵੱਲੋਂ ਜਿਹੜੀ ਪੂਰਾ ਲੋਕਾਂ ਨੇ ਸਮਰਥਨ ਦੇਣਾ ਚਾਹੀਦਾ ਸਰਕਾਰ ਨੂੰ, ਇਹੋ ਹੀ ਮੈਂ ਕਹਾਂਗਾ ਵੀ ਜਿੰਨੇ ਵੀ ਲੋਕ ਨੇ ਸਾਰਿਆਂ ਨੂੰ ਸਮਰਥਨ ਦੇਣਾ ਚਾਹੀਦਾ, ਸਰਕਾਰ ਦਾ ਕਰਨਾ ਚਾਹੀਦਾ। ਪਰ ਜਿਹੜੀਆਂ ਇਹਨਾਂ ਨੇ ਨੰਬਰ ਜ਼ਾਹਿਰ ਕੀਤੇ ਨੇ ਬੜੇ ਘੱਟ ਨੇ, ਅੱਜ ਤੱਕ ਚੁੱਕਣ ਨਹੀਂ ਦੇ ਲੋਕ। ਪਰ ਸਰਕਾਰ ਵੱਲੋਂ ਜਾਂ DC ਗੁਰਦਾਸਪੁਰ ਵੱਲੋਂ ਤਾਂ ਜਿੰਨੀਆਂ ਵੀ ਹਦਾਇਤਾਂ ਨੇ ਉਹਨਾਂ ਨੇ ਤਾਂ ਲੋਕਾਂ ਦੀ ਸੇਫਟੀ ਵਾਸਤੇ ਬਹੁਤ ਵਧੀਆ ਹਦਾਇਤਾਂ ਦਿੱਤੀਆਂ ਨੇ। ਪਰ ਜਦੋਂ ਅਸੀਂ ਵੈਸੇ ਤਾਂ ਸਾਰੀ ਪਬਲਿਕ ਅੰਦਰ ਆ, ਪਰ ਜਦੋਂ ਕਿਸੇ ਵੇਲੇ ਬਾਹਰ ਨਿਕਲੇ ਤਾਂ ਸੜਕ 'ਤੇ ਲੋਕ ਚੱਲਦੇ ਦਿਖਦੇ ਨੇ, ਉਹਦੇ 'ਚ ਲੱਗਦਾ ਵੀ ਸਬਜ਼ੀ ਦੁੱਧ ਤਾਂ ਮਿਲ ਰਹੀ ਆ ਪਰ ਮੈਡੀਕਲ ਸਹੂਲਤਾਂ ਤੋਂ ਲੋਕ ਅਜੇ ਵੀ ਵਾਂਝੇ ਨੇ। ਅਤੇ ਮੈਂ ਚਾਹਾਂਗਾ ਵੀ ਕੁਛ ਇੱਕ ਡਾਕਟਰ, ਚਾਹੇ ਉਹ MBBS ਹੋਵੇ ਚਾਹੇ ਉਹ BMS ਹੋਵੇ, ਮਤਲਬ ਹਲਕੇ ਦੇ ਵਿੱਚ ਇੱਕ ਦੋ ਡਾਕਟਰ ਨੂੰ ਕੁਛ ਨਾ ਕੁਛ ਪਰਮਿਸ਼ਨਾਂ ਦਿੱਤੀਆਂ ਜਾਣ ਵੀ ਉਹ ਕਿਸੇ ਪੇਸ਼ੈਂਟ ਨੂੰ ਦੇਖ ਕੇ ਡਾਇਗਨੋਸ ਕਰਕੇ ਦਵਾਈ ਦੇਵੇ ਜਾਂ ਜਿਹੜਾ ਕੋਈ ਜ਼ਿਆਦਾ ਸੀਰੀਅਸ ਉਹਨੂੰ ਰੈਫਰ ਕਰੇ, ਕਿਉਂਕਿ ਮੈਡੀਕਲ ਸਟੋਰ 'ਤੇ ਤਾਂ ਵਿਦਆਊਟ ਡਾਇਗਨੋਸ ਆਪਾਂ ਕੋਈ ਨਾ ਕੋਈ ਸਿਰਦਰਦ ਦੀ, ਬੁਖਾਰ ਦੀ, ਜ਼ੁਕਾਮ ਦੀ ਦਵਾਈ ਦੇ ਸਕਦੇ ਹਾਂ। ਬਾਕੀ ਪੰਜਾਬ ਸਰਕਾਰ, ਡਿਸਟ੍ਰਿਕਟ ਡਿਪਟੀ DSP ਸਾਹਿਬ ਜਾਂ DC ਸਾਹਿਬ ਸਾਡੇ ਗੁਰਦਾਸਪੁਰ ਦੇ ਬਹੁਤ ਵਧੀਆ ਉਪਰਾਲੇ ਕਰਨੇ, ਸੈਂਟਰ ਗੌਰਮੈਂਟ ਦਾ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ। ਜੇ ਅਸੀਂ ਸਾਰੇ ਹੀ ਸਾਥ ਦੇਵਾਂਗੇ ਤਾਂ ਹੀ ਅਸੀਂ ਇਸ ਮਹਾਂਮਾਰੀ ਤੋਂ ਬਚ ਸਕਾਂਗੇ। ਉੱਥੇ ਇਸ ਪੂਰੇ ਮਾਮਲੇ ਸੰਬੰਧੀ ਜਦ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਗੁਰਦਾਸਪੁਰ ਵਿੱਚ ਕਰਫਿਊ ਦੌਰਾਨ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਗੁਰਦਾਸਪੁਰ ਵਿੱਚ ਹੁਣ ਤੱਕ ਕੋਈ ਵੀ ਮਰੀਜ਼ ਕੋਰੋਨਾ ਦਾ ਪੀੜਿਤ ਨਹੀਂ ਪਾਇਆ ਗਿਆ ਹੈ, ਲੇਕਿਨ ਉਹਨਾਂ ਨੇ ਕਿਹਾ ਕਿ ਜੋ ਹੈਲਪਲਾਈਨ ਨੰਬਰਾਂ ਜਾਰੀ ਕੀਤੀਆਂ ਹਨ ਉਸਦੇ ਮੁਤਾਬਿਕ ਸਹੀ ਤਰੀਕੇ ਨਾਲ ਕੰਮ ਚੱਲਦਾ ਆ ਰਿਹਾ ਹੈ। ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਸਾਡੀ ਹੈਲਪਲਾਈਨ ਨੰਬਰ 'ਤੇ ਫੋਨ ਕਰਕੇ ਦੱਸ ਸਕਦਾ ਹੈ। ਦੇਖੋ ਜੀ, ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕੱਲ੍ਹ ਮਾਨਯੋਗ ਪ੍ਰਧਾਨ ਮੰਤਰੀ ਜੀ ਦੁਆਰਾ
ਇਹ ਡਿਕਲੇਅਰ ਕੀਤਾ ਗਿਆ ਕਿ ਕੁਦਰਤੀ ਆਫਤਾਂ ਦੇ ਕਾਨੂੰਨ ਦੇ ਤਹਿਤ ਭਾਰਤ ਦੇ ਵਿੱਚ 21 ਦਿਨ ਦਾ ਲਾਕਡਾਊਨ ਲਾਕਡਾਊਨ ਹੋਣ ਕਰਕੇ ਕਾਫੀ ਸਾਰੇ ਸ਼ਹਿਰ ਵਾਸੀਆਂ ਦੇ ਵਿੱਚ ਥੋੜ੍ਹੀ ਜਿਹੀ ਘਬਰਾਹਟ ਹੋ ਗਈ ਹੈ ਕਿ ਪਤਾ ਨਹੀਂ ਕੀ ਹੋਏਗਾ। ਮੈਂ ਸਾਰੇ ਜ਼ਿਲ੍ਹੇ ਦੇ ਵਾਸੀਆਂ ਨੂੰ ਇਹ ਆਸ਼ਵਾਸਨ ਦੇਣਾ ਚਾਹੁੰਦਾ ਕਿ ਹਰ ਚੀਜ਼ ਦੀ ਸਪਲਾਈ ਪੂਰੀ ਮੇਨਟੇਨਡ ਹੈ। ਜੇ ਦਵਾਈਆਂ ਗੁਰਦਾਸਪੁਰ 'ਚ ਖਤਮ ਹੋ ਜਾਣਗੀਆਂ, ਅਸੀਂ ਜਿਹੜੇ ਹੋਲਸੇਲਰ ਨੇ, ਸਟੋਕਿਸਟ ਨੇ ਜਾਂ ਜਿਹੜੇ ਦਵਾਈਆਂ ਦੇ ਮੈਨੂਫੈਕਚਰਰ ਹੈ, ਉਹਨਾਂ ਨੂੰ ਟ੍ਰਾਂਜ਼ਿਟ ਪਾਸ ਦੇ ਕੇ ਹੋਰ ਦਵਾਈਆਂ ਮੰਗਵਾ ਰਹੇ ਹਾਂ, ਕੱਲ੍ਹ ਹੋਰ ਦਵਾਈਆਂ ਇੱਥੇ ਵਾਪਸ ਆ ਜਾਣਗੀਆਂ, ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ। ਮੈਨੂੰ ਇਹ ਵੀ ਪਤਾ ਲੱਗਿਆ ਕਿ ਅੱਜ ਕਿਉਂਕਿ ਲੋਕਾਂ ਦੇ ਵਿੱਚ ਥੋੜ੍ਹੀ ਘਬਰਾਹਟ ਹੋ ਗਈ ਹੈ, ਹਰ ਵਿਅਕਤੀ ਦਵਾਈਆਂ ਖਰੀਦਣੀਆਂ ਚਾਹੁੰਦਾ ਹੈਗਾ। ਅਸੀਂ ਹੁਣੇ ਗੱਲਬਾਤ ਕੀਤੀ ਹੈ, ਕਿਸੇ ਵਿਅਕਤੀ 'ਚ ਦਵਾਈ ਦੀ ਲੋੜ ਹੈ ਤਾਂ ਸਾਡੇ SDM ਸਾਹਿਬਾਨ ਨੂੰ, ਸਾਡੇ BLO, ਸੈਂਟਰਲ ਮੈਜਿਸਟਰੇਟ ਜਾਂ ਜਿਹੜੇ ਪੁਲਿਸ ਦੇ ਅਫਸਰ ਖੜ੍ਹੇ ਨੇ ਆਪਣੇ ਸ਼ਹਿਰਾਂ ਦੇ ਵਿੱਚ ਭਿੰਨ ਭਿੰਨ ਥਾਵਾਂ 'ਤੇ, ਉਹਨਾਂ ਨੂੰ ਵੀ ਰਿਕੁਐਸਟ ਕਰ ਸਕਦੇ ਨੇ, ਉਹ ਵੀ ਉਹਨਾਂ ਲਈ ਦਵਾਈ ਦਾ ਪ੍ਰਬੰਧ ਕਰਾ ਕੇ ਦੇਣਗੇ। ਔਰ ਜਾਂ ਇਹਦੇ ਨਾਲ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਜੇਕਰ ਬਹੁਤ ਕੋਈ ਅਕਿਊਟ ਐਮਰਜੈਂਸੀ ਹੋ ਜਾਂਦੀ ਹੈ, ਕਿਸੇ ਕੋਲ ਕੋਈ ਪਾਸ ਨਹੀਂ ਹੈਗਾ, ਮੈਂ SSP ਸਾਹਿਬ ਨੂੰ ਅਤੇ DSP ਸਾਹਿਬ ਨੇ ਹੁਣੇ ਮੀਟਿੰਗ ਕੀਤੀ ਹੈ, ਉਹਨਾਂ ਨੂੰ ਵੀ ਇਹੀ ਰਿਕੁਐਸਟ ਕੀਤੀ ਹੈ ਕਿ ਕੋਈ ਅਕਿਊਟ ਐਮਰਜੈਂਸੀ ਦਾ ਕੇਸ ਆ ਜਾਂਦਾ ਹੈ, ਉਹਨੂੰ ਕੋਈ ਦਵਾਈ ਦੀ ਲੋੜ ਹੈਗੀ ਹੈ, ਤਾਂ ਮਨੁੱਖਤਾ ਦੇ ਆਧਾਰ 'ਤੇ ਚਾਹੇ ਤੋਂ ਕੋਲ ਪਾਸ ਨਹੀਂ ਵੀ ਹੈਗਾ, ਮੌਕੇ 'ਤੇ ਜਿਹੜਾ ਪੁਲਿਸ ਅਫਸਰ ਹੈ ਉਹਦਾ ਫੈਸਲਾ ਲੈ ਕੇ ਉਹਨੂੰ ਆਗਿਆ ਦੇਵੇ। ਪਰੰਤੂ ਆਪਣੀ ਇੱਕੋ ਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜੇ ਅਸੀਂ ਕਰਫਿਊ ਲਾਇਆ, ਇੰਨੀ ਤਕਲੀਫ ਵੀ ਕੱਟ ਰਹੇ ਹਾਂ, ਤਾਂ ਉਹਦਾ ਸਹੀ ਫਾਇਦਾ। ਕਰੋਨਾ ਵਾਇਰਸ ਦਾ ਇਲਾਜ ਇੱਕੋ ਹੀ ਹੈ ਕਿ ਲੋਕ ਬਾਹਰ ਨਾ ਨਿਕਲਣ, ਘਰਾਂ ਦੇ ਵਿੱਚ ਰਹਿਣ। ਇਸ ਲਈ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਆਪਾਂ ਇਕੱਠ ਨਾ ਕਰੀਏ, ਬਾਜ਼ਾਰ 'ਚ ਤਦੇ ਨਿਕਲੀਏ ਜੇ ਸਾਨੂੰ ਲੋੜ ਹੈ। ਜਿੱਥੇ ਤੱਕ ਕਰਿਆਨੇ ਦਾ ਸੰਬੰਧ ਹੈ, ਸਬਜ਼ੀਆਂ ਦਾ ਸੰਬੰਧ ਹੈ, ਫਰੂਟਸ ਦਾ ਸੰਬੰਧ ਹੈ, ਮੈਨੇ ਹਰ ਇੱਕ ਕਰਿਆਨਾ ਦੁਕਾਨਦਾਰ ਨੂੰ ਇਹ ਆਗਿਆ ਦੇ ਦਿੱਤੀ ਹੈ ਕਿ 2 ਬੰਦੇ ਆਪਣੇ ਲਾ ਕੇ ਹੋਮ ਡਿਲੀਵਰੀ ਕਰ ਸਕਦਾ ਹੈ। ਅਸੀਂ ਇਸ ਗੱਲ 'ਤੇ ਵੀ ਤਿਆਰ ਹਾਂ ਕਿ ਜੇਕਰ ਕਿਸੇ ਕਰਿਆਨਾ ਦੇ ਵਿੱਚ ਜ਼ਿਆਦਾ ਡਿਮਾਂਡ ਹੈ, ਕਿਸੇ ਮਹੱਲੇ 'ਚ ਜ਼ਿਆਦਾ ਡਿਮਾਂਡ ਹੈ, ਦੁਕਾਨਾਂ ਘੱਟ ਨੇ, ਤਾਂ ਉੱਥੇ ਜਿਹੜੇ ਵਲੰਟੀਅਰ ਨੇ ਕੋਈ ਸ਼ਹਿਰ ਦੇ ਵਿੱਚ, ਭਾਵੇਂ ਉਹ ਇਲੈਕਟਡ MC ਹੋ ਸਕਦੇ ਨੇ ਜਾਂ ਕਿਸੇ ਹੋਰ ਸਾਡੀ ਸਮਾਜ ਸੇਵਕ ਸੰਸਥਾ ਦੇ ਵਲੰਟੀਅਰ ਹੋ ਸਕਦੇ ਨੇ, ਅਸੀਂ ਉਹਨਾਂ ਨੂੰ ਵੀ ਪਾਸ ਦੇਣ ਨੂੰ ਤਿਆਰ ਹਾਂ, ਸਾਡੇ SDM ਸਾਹਿਬਾਨ ਪਾਸ ਦੇ ਸਕਦੇ ਨੇ, ਅਤੇ ਉਹ ਅਸੀਂ ਕਰਦੇ ਹਾਂ। ਨਾਲ ਹੀ ਜਿਹੜੇ ਅਸੀਂ ਦੁਕਾਨਾਂ ਨੂੰ ਅਲਾਓ ਕਰੀ ਜਾ ਰਹੇ ਹਾਂ, ਸਾਡੇ ਕੋਲ ਆਈ ਜਾ ਰਹੀਆਂ ਨੇ, ਉਹਨਾਂ ਦੀ ਅਸੀਂ ਲਿਸਟਾਂ ਵੈਬਸਾਈਟ 'ਤੇ ਪਾ ਰਹੇ ਹਾਂ ਕਿ ਆਪਾਂ ਲੈ ਸਕਦੇ ਹਾਂ। ਸੋ ਪੂਰੀ ਸਫਾਈ ਦਾ ਸਿਸਟਮ, ਦੁੱਧ ਦੀ ਸਪਲਾਈ, ਇਹ ਸਾਰਾ ਕੁਝ ਚਾਲੂ ਹੈ। ਘਬਰਾਹਟ ਹੋ ਕੇ ਖਰੀਦਦਾਰੀ ਜ਼ਿਆਦਾ ਕਰਨ ਦੀ ਲੋੜ ਨਹੀਂ ਹੈ, ਪੈਸੇ ਖਰਾਬ ਹੁੰਦੇ ਨੇ, ਔਰ ਦਵਾਈਆਂ ਤਾਂ ਬਿਲਕੁਲ ਫਾਲਤੂ ਨਾ ਖਰੀਦੋ, ਕਿਸੇ ਕਿਸੇ ਦੀ ਦਵਾਈ ਦੀ ਕੋਈ ਕਮੀ ਨਹੀਂ ਆਉਂਦੀ। ਮੈਂ ਹੁਣ ਬਟਾਲੇ ਆਪ ਜਾ ਰਹੇ ਹਾਂ, ADC ਸਾਹਿਬ ਨੂੰ ਮੈਂ ਗੁਰਦਾਸਪੁਰ ਵੀ ਭੇਜਿਆ, ਸਾਡੇ SDM ਸਾਹਿਬਾਨ ਚਲੇ ਗਏ ਨੇ, ਪਲੱਸ ਮੈਂ 131 ਸੈਕਟਰ ਮੈਜਿਸਟਰੇਟ ਲਾ ਦਿੱਤੇ ਨੇ ਜਿਹੜੇ ਕਿ ਥਾਂ ਥਾਂ ਜਾ ਕੇ ਚੈਕਿੰਗ ਕਰ ਰਹੇ ਨੇ। ਇਹਦੇ ਨਾਲ ਨਾਲ ਮੈਂ ਇੱਥੇ 24/7 ਕੰਟਰੋਲ ਰੂਮ ਚਲਾਇਆ ਹੋਇਆ, ਉੱਥੇ ਆਪਾਂ ਵਟਸਐਪ ਦੇ ਰਾਹੀਂ ਸ਼ਿਕਾਇਤ ਕਰ ਸਕਦੇ ਹਾਂ, ਥੋੜ੍ਹੀ ਜਿਹੜੀ ਸ਼ਿਕਾਇਤ ਦਾ ਤੁਰੰਤ ਨਿਵਾਰਨ ਕੀਤਾ ਜਾਏਗਾ। ਉੱਥੇ ਵੀ ਮੈਂ ਅਫਸਰਾਂ ਦੀ ਗਿਣਤੀ ਵਧਾ ਦਿੱਤੀ ਹੈ ਕਿਉਂਕਿ ਸ਼ਿਕਾਇਤਾਂ ਜ਼ਿਆਦਾ ਆ ਰਹੀਆਂ ਨੇ, 24 ਬੰਦੇ ਮੈਂ ਲਾ ਦਿੱਤੇ ਨੇ 3 ਸ਼ਿਫਟਾਂ ਦੇ ਵਿੱਚ, ਉਹ ਵੀ ਕੰਮ ਕਰ ਰਹੇ। ਸੋ ਅਸੀਂ ਤੁਹਾਡੇ ਨਾਲ ਪੂਰੇ ਨਾਲ ਹਾਂ, ਆਪਣੇ ਸਹਿਯੋਗ ਦੀ ਲੋੜ ਹੈ, ਆਪਾਂ ਸਾਰੇ ਪਰਮਾਤਮਾ ਕੋਲ ਅਰਦਾਸ ਕਰੀਏ ਕਿ ਇਸ ਬਿਮਾਰੀ ਤੋਂ ਬਚ ਜਾਈਏ, ਔਰ ਆਪਣਾ ਜੋ ਸੋਸ਼ਲ ਡਿਸਟੈਂਸ ਹੈ ਉਹਨੂੰ ਮੇਨਟੇਨ।